ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਹਾਂ ਤੁਹਾਨੂੰ ਬਾਜਵਾ ਵਲੌਗ ਦੇ ਵਿੱਚ ਅਸੀਂ ਆ ਗਏ ਹਾਂ ਹਾਜ਼ਰ ਹੋ ਕੇ ਨਵੀਂ ਇੱਕ ਵੀਡੀਓ ਲੈ ਕੇ ਅਤੇ ਵੀਡੀਓ ਆ ਸਾਡੇ ਕੋਲ ਮਾਸਟਰ ਸਲੀਮ ਦੀ ਅਤੇ ਇੱਕ ਹੋਰ ਨੇ ਕੁਰਾਲਾ ਮਾਨ ਅਤੇ ਇਹ ਜਿਹੜੇ ਦੂਸਰੇ ਨੇ ਸਿੰਗਰ ਕੁਰਾਲਾ ਮਾਨ ਇਹਨਾਂ ਨੂੰ ਤਾਂ ਨਹੀਂ ਮੈਂ ਜਾਣਦੀ ਨਾ ਮੈਂ ਇਹਨਾਂ ਨੂੰ ਵੇਖਿਆ ਨਾ ਇਹਨਾਂ ਦੀ ਵੀਡੀਓ ਪਹਿਲੇ ਕੋਈ ਵੇਖੀ ਹੈ ਨਾ ਕੋਈ ਗਾਣਾ ਸੁਣਿਆ ਅਤੇ ਸ਼ਾਨਦਾਰ ਵੇਖੀ ਫਿਰ ਵੀਡੀਓ ਫਿਰ ਅੱਗੇ ਕੋਈ ਗੱਲਬਾਤ ਕਰਦੇ ਹਾਂ ਮਾਸਟਰ ਸਲੀਮ ਦੇ ਵਿੱਚ ਆਏ ਨਹੀਂ ਹੈ ਮਾਸਟਰ ਸਲੀਮ ਦਾ ਉਹਨਾਂ ਨੇ ਦਿਲ ਲਾਇਆ ਕਿ ਮਾਸਟਰ ਸਲੀਮ ਦਾ ਨਾਲ ਮੁਕਾਬਲਾ ਮੈਨੂੰ ਪਤਾ ਕੀ ਲੱਗ ਰਿਹਾ ਸੀ
ਕਿ ਥੋੜਾ ਜਿਹਾ ਮਾਸਟਰ ਸਲੀਮ ਗਾਉਣਗੇ ਤੇ ਥੋੜਾ ਜਿਹਾ ਉਹ ਗਾਣੇਗਾ, ਮਤਲਬ ਇਹ ਗਾਉਣਗੇ ਹਾਂਜੀ, ਤੇ ਅੱਛਾ ਮੁਕਾਬਲਾ ਹੋਏਗਾ ਨਾ, ਮੁਕਾਬਲਾ ਨਜ਼ਰ ਆਏਗਾ ਇਹਨਾਂ ਦਾ ਗਾਉਣ ਦੇ ਵਿੱਚ। ਤੇ ਉਹ ਐਵੇਂ ਦੀ ਕੋਈ ਵੀਡੀਓ ਨਜ਼ਰ ਨਹੀਂ ਆਈ ਮੈਨੂੰ, ਇਹੀ ਮਤਲਬ ਕੋਈ ਨਵੀਂ ਹੈ। ਆਹ ਮਾਸਟਰ ਸਲੀਮ ਦੀ ਇੱਕ ਫਿਰ ਆ ਗਈ ਹੈ ਥੋੜ੍ਹੀ ਜਿਹੀ ਸੁਰਿੰਦਰ ਸ਼ਿੰਦੇ ਦੇ ਨਾਲ, ਫਿਰ ਹੁਣ ਵੇਖ ਲਈਏ ਅਸੀਂ ਮਾਸਟਰ ਸਲੀਮ ਨੂੰ, ਤਾਂ ਹੁਣ ਵੇਖਣਾ ਹੀ ਆ। ਅੱਛਾ, ਇਹਦੇ ਵਿੱਚ ਵੀ ਮਾਸਟਰ ਸਲੀਮ ਨਹੀਂ ਹੈ। Thank you.
ਅੱਛਾ ਜਾਂਦਾ ਮੈਨੂੰ ਕੋਈ ਐਵੇਂ ਲੱਗਣ ਡਿਆ ਸੀ ਜਿਹੜੀ ਯਾਰ ਦੂਸਰੀ ਆਪਾਂ ਵੀਡੀਓ ਵੇਖੀ ਹੈ ਕਿਸੇ ਜਿਵੇਂ ਕਿਸੇ ਵਿਆਹ ਦਾ ਫੰਕਸ਼ਨ ਹੋ ਗਿਆ ਨਾ ਹਾਂਜੀ ਮੈਨੂੰ ਕਿਹਾ ਅਸੀਂ ਵੈਲਕਮ ਕਰਦੇ ਤੁਹਾਨੂੰ ਸਾਰੇ ਪਰਿਵਾਰ ਵੱਲੋਂ ਸਾਰੀਆਂ ਔਰਤਾਂ ਵੀ ਤਿਆਰ ਸ਼ਾਰ ਹੋ ਕੇ ਬੱਚੇ ਇਹ ਉਹ ਸਟੇਜ 'ਤੇ ਚੜ੍ਹੇ ਹਾਂਜੀ ਲੋਕ ਆਪਣੇ ਵਿਆਹਾਂ ਸ਼ਾਦੀਆਂ 'ਤੇ ਵੀ ਐਵੇਂ ਸਿੰਗਰ ਬੁਲਾਉਂਦੇ ਨੇ ਨਾ ਸਿੰਗਰ ਫਿਰ ਆ ਕੇ ਪਰਫੋਰਮ ਕਰਦੇ ਨੇ ਜਿਵੇਂ ਹੈ ਨਾ ਜਿਵੇਂ ਸਭ ਤੋਂ ਤਾਂ ਵੱਡੀ ਜਿਹੜੀ ਸ਼ਾਦੀ ਤਾਜ਼ੀ ਤਾਜ਼ੀ ਗੁਜ਼ਰੀ ਹੈ ਮੁਕੇਸ਼ ਅੰਬਾਨੀ ਦੇ ਬੇਟੇ ਦੀ ਉਹਦੇ ਵਿੱਚ ਵੇਖਿਆ ਨਾ ਕਿੰਨੇ ਸੈਲੀਬ੍ਰਿਟੀਜ਼ ਆਏ ਸੀ ਬੋਲੀਵੁੱਡ ਦੇ ਈਵਨ ਹੋਲੀਵੁੱਡ ਦੇ ਪੰਜਾਬੀ ਬਹੁਤ ਬਹੁਤ ਸੈਲੀਬ੍ਰਿਟੀਜ਼ ਉਹਦੇ ਵਿੱਚ ਆਏ ਸਮਝ ਲਓ ਕਿ ਗੜ੍ਹ ਬਣਿਆ ਹੋਇਆ ਸੈਲੀਬ੍ਰਿਟੀਜ਼ ਦਾ ਅਤੇ ਬਹਰਹਾਲ ਅੱਛੀ ਸੀ ਵੀਡੀਓ ਆ ਜਿਹੜੀ ਮਤਲਬ ਕੋਈ ਪੂਰੀ ਵੀਡੀਓ ਨਹੀਂ ਸੀ ਵੀ ਜਿਹੜੀ ਪੂਰੀ ਅਸੀਂ ਕੋਈ ਗੀਤ ਇੰਜੋਏ ਕਰਦੇ ਕਿ ਪੂਰਾ ਗੀਤ ਹੁੰਦਾ ਬਸ ਥੋੜ੍ਹਾ ਜਿਹਾ ਸਾਨੂੰ ਉਹ ਵੀਡੀਓ ਜਿਹੜੀ ਸਲੀਮ ਮਾਸਟਰ ਸਲੀਮ ਦੀ ਸੀ ਅਤੇ ਕੋਰਾਲਾ ਮਾਨ ਦੀ ਸੀ ਜਿਹੜੀ ਉਹਦੇ ਵਿੱਚ ਮੇਰੇ ਖਿਆਲ ਇੱਕ ਸਿੰਗਰ ਮੈਨੂੰ ਹੋਰ ਨਜ਼ਰ ਆ ਰਹੇ ਸੀ ਬੇਤਬਲਜੀਤ ਸ਼ਾਇਦ ਬਾਕੀ ਤੁਹਾਨੂੰ ਵੀਰੇ ਕਮੈਂਟ ਕਰਕੇ ਦੱਸਣਗੇ ਕਿਉਂਕਿ ਉਹਨਾਂ ਦਾ ਨਾ ਪਹਿਲੇ ਵੀ ਜਿਹੜੇ ਵੀ ਬਲਜੀਤ ਨੇ ਇਹਨਾਂ ਦਾ ਪਹਿਲੇ ਵੀ ਇੱਕ ਅੱਧਾ ਗਾਣਾ ਸੁਣਿਆ ਹੋਇਆ ਨਾ ਇੱਥੇ ਬਾਜਵਾ ਵੀ ਵਲੌਗ 'ਤੇ ਹੀ ਸੁਣਿਆ ਸੀ ਅਤੇ ਬਹਰਹਾਲ ਸਹੀ ਆ ਸਿੰਗਰਸ ਤਾਂ ਬਹੁਤ ਨਹੀਂ ਚੜ੍ਹਦੇ ਪੰਜਾਬ ਦੇ ਹਾਂਜੀ ਕਿਉਂਕਿ ਕਈਆਂ ਦੇ ਤਾਂ ਸਾਨੂੰ ਹਾਲੇ ਤੱਕ ਨਾਮ ਹੀ ਨਹੀਂ ਆਉਂਦੇ ਜਿਹੜੇ ਐਸੇ ਸਿੰਗਰ ਨੇ ਅਤੇ ਜੇ ਸਾਹਮਣੇ ਆਉਣ ਤਾਂ ਫਿਰ ਤਾਂ ਬਿਲਕੁਲ ਹੀ ਨਹੀਂ ਪਛਾਣ ਸਕਦੇ ਬਹੁਤ ਜ਼ਰਾ ਥੋੜ੍ਹੇ ਜਿਹੇ ਸਿੰਗਰ ਨੇ ਜਿਨ੍ਹਾਂ ਦੇ ਨਾਮ ਯਾਦ ਹੋਏ ਨੇ ਟੈਲੈਂਟ ਬਹੁਤ ਆ ਚੜ੍ਹਦੇ ਪੰਜਾਬ 'ਚ ਨਾ ਸਿੰਗਿੰਗ ਦੇ ਪੁਆਇੰਟ ਆਫ ਵਿਊ ਨਾਲ ਹਾਂਜੀ ਅਤੇ ਚਲੋ ਰੱਖੋ ਆਪਣਾ ਖਿਆਲ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਸਾਨੂੰ ਦੱਸੋ ਆਪਣਾ ਖਿਆਲ ਰੱਖੋ ਔਰ ਆਪਾਂ ਚੜ੍ਹਦੀ ਕਲਾ ਚ ਰੱਖੋ।